ਫੜਿਆ ਗਿਆ ਆਟੋ ਚੋਰੀ ਕਰਨ ਵਾਲਾ ਗਰੋਹ। ਪਤੰਦਰਾ ਨੇ ਜਾਲੀ ਆਰਸੀਆਂ ਵੀ ਬਣਾ ਰੱਖੀਆਂ ਸੀ। ਪੂਰੇ ਸੂਬੇ ਭਰ ਦੇ ਵਿੱਚੋਂ ਸਿਰਫ ਆਟੋ ਚੋਰੀ ਕਰਦੇ ਸੀ ਤੇ ਪਿਕਅਪ ਗੱਡੀਆਂ ਚੋਰੀ ਕਰਕੇ ਨਕਲੀ ਆਰਸੀਆਂ ਬਣਾ ਕੇ ਅੱਗੇ ਵੇਚ ਦਿੰਦੇ ਸੀ। ਹੁਣ ਤੱਕ ਪਤਾ ਨਹੀਂ ਕਿੰਨੇ ਆਟੋ ਵੇਚ ਚੁੱਕੇ ਨੇ ਇਹ। ਹੁਣ ਇਸ ਵੇਲੇ ਜਦ ਗ੍ਰਿਫਤਾਰੀ ਹੋਈ ਉਸ ਵੇਲੇ ਇਹਨਾਂ ਦੇ ਕੋਲੋਂ 12 ਆਟੋ ਬਰਾਮਦ ਕੀਤੇ ਗਏ ਨੇ। ਤੁਸੀਂ ਹਿਸਾਬ ਲਗਾ ਸਕਦੇ ਹੋ ਕਿ 12 ਥ੍ਰੀ ਵੀਲਰ, ਜਿਸ ਨੂੰ ਅਸੀਂ ਕਹਿ ਦਿੰਦੇ ਹਾਂ ਥ੍ਰੀ ਵੀਲਰ, ਇਹਨਾਂ ਦੇ ਵੱਲੋਂ ਚੋਰੀ ਕੀਤੇ ਗਏ ਨੇ। ਤਾਂ ਕਾਰਾਂ ਅਤੇ ਬਾਈਕਾਂ ਤੋਂ ਬਾਅਦ ਹੁਣ ਇੱਕ ਨਵਾਂ ਗਰੋਹ ਸਾਹਮਣੇ ਆਇਆ ਹੈ ਜੋ ਕਿ ਆਟੋ ਚੋਰੀ ਕਰਦਾ ਹੈ। ਇਹਨਾਂ ਦੇ ਕੋਲੋਂ 12 ਆਟੋ ਅਤੇ 2 ਪਿਕਅਪ ਗੱਡੀਆਂ ਬਰਾਮਦ ਕੀਤੀਆਂ ਗਈਆਂ ਨੇ। ਚੋਰਾਂ ਦੇ ਕੋਲੋਂ ਜਾਲੀ ਆਰਸੀਆਂ ਵੀ ਬਰਾਮਦ ਹੋਈਆਂ ਨੇ। ਤਾਂ ਦੱਸ ਦਈਏ ਕਿ ਅੰਤਰਰਾਜੀ ਚੋਰ ਗਰੋਹ ਹੈ ਜਿਸ ਦਾ ਪਰਦਾ ਫਾਸ਼ ਪੁਲਿਸ ਦੇ ਵੱਲੋਂ ਕੀਤਾ ਗਿਆ। ਦਰਅਸਲ ਬੀਤੇ ਦਿਨਾਂ ਦੇ ਵਿੱਚ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਇੱਕ ਚੋਰਾਂ ਦੇ ਗਰੋਹ ਨੂੰ ਕਾਬੂ ਕੀਤਾ ਗਿਆ। 5 ਜਿਹੜੇ ਚੋਰ ਤੁਹਾਨੂੰ ਤਸਵੀਰਾਂ ਦੇ ਵਿੱਚ ਦੇਖ ਰਹੇ ਨੇ ਉਹੀ ਗਰੋਹ ਹੈ ਜਿਹੜਾ ਕਿ ਆਟੋ ਚੋਰੀ ਕਰਦਾ ਸੀ। ਤਾਂ ਦੱਸ ਦਈਏ ਕਿ ਫਿਰੋਜ਼ਪੁਰ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ, ਇਹਨਾਂ ਨੂੰ ਰਿਮਾਂਡ 'ਤੇ ਲਿਆ। ਜਦ ਇਹਨਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਸਾਹਮਣੇ ਆਇਆ 12 ਆਟੋ ਅਤੇ 6 ਮੋਟਰਸਾਈਕਲ। ਕੁੱਲ ਮਿਲਾ ਕੇ ਇਹਨਾਂ ਦੇ ਕੋਲੋਂ 12 ਆਟੋ 6 ਮੋਟਰਸਾਈਕਲ ਬਰਾਮਦ ਕੀਤੇ ਗਏ ਨੇ। ਇਹ ਖਾਸ ਕਰ ਜਲੰਧਰ, ਬਠਿੰਡਾ, ਲੁਧਿਆਣਾ ਦੇ ਨਾਲ ਨਾਲ ਲੱਗਦੇ ਸ਼ਹਿਰਾਂ ਦੇ ਵਿੱਚ ਮੋਟਰਸਾਈਕਲਾਂ ਅਤੇ ਆਟੋ ਚੋਰੀ ਕਰਦੇ ਸਨ। ਜਾਲੀ ਆਰਸੀਆਂ ਬਣਾ ਕੇ ਇਹਨਾਂ ਨੇ ਕਈ ਲੋਕਾਂ ਨੂੰ ਠੱਗਿਆ ਵੀ ਹੈ, ਉਹਨਾਂ ਨੂੰ ਚੋਰੀ ਦੇ ਆਟੋ ਵੀ ਵੇਚੇ ਨੇ। ਆਓ ਇਸ ਸੰਬੰਧੀ ਪੁਲਿਸ ਅਫਸਰ ਦੇ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ, ਸੁਣਦੇ ਹਾਂ। ਪੀਐਸ ਸਿਟੀ ਫਿਰੋਜ਼ਪੁਰ ਵੱਲੋਂ ਅੱਜ 2 ਅਕਿਊਜ਼ ਫੜੇ ਗਏ ਹੈ ਅਤੇ ਕਾਫੀ ਵਧੀਆ ਰਿਕਵਰੀ ਕੀਤੀ ਗਈ ਹੈ। ਟੋਟਲ 12 ਥ੍ਰੀ ਵੀਲਰ ਅਤੇ 6 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਇਹ ਗੈਂਗ ਫਿਰੋਜ਼ਪੁਰ ਮੈਂ ਪਿਛਲੇ 1-1.5 ਸਾਲ ਸੇ ਓਪਰੇਟ ਕਰ ਰਿਹਾ ਸੀਗਾ। ਇਹ ਲੋਕ ਬਠਿੰਡਾ ਅਤੇ ਜਲੰਧਰ ਵਾਂ ਦੀ ਗਾੜੀਆਂ ਚੁਰਾਉਂਦੇ ਸੀਗੇ, ਥ੍ਰੀ ਵੀਲਰ ਚੁਰਾਉਂਦੇ ਸੀਗੇ। ਉਸ ਤੋਂ ਬਾਅਦ ਇੱਥੇ ਲਾ ਕੇ ਉਹਨਾਂ ਦਾ ਇੰਜਨ ਅਤੇ ਚੇਚੀ ਨੰਬਰ ਬਦਲਦੇ ਸੀਗੇ, ਨੰਬਰ ਪਲੇਟ ਬਦਲਦੇ ਸੀਗੇ ਅਤੇ ਨਾਲ ਨਾਲ ਜਾਲੀ ਡਾਕੂਮੈਂਟਸ ਵੀ RC ਵਗੈਰਾ ਬਣਾਉਂਦੇ ਸੀਗੇ। ਇਸ ਤੋਂ ਬਾਅਦ ਇਹ ਆ ਗਏ ਉਹਨਾਂ ਨੂੰ ਜਿਹੜੇ ਵੀ ਗਰੀਬ ਆਟੋ ਚਾਲਕ ਜਾਂ ਡਰਾਈਵਰ ਹੈ ਉਹਨੂੰ ਵੇਚ ਦਿੰਦੇ ਸੀਗੇ। ਇਹ ਗੈਂਗ ਪੂਰੀ ਤਰ੍ਹਾਂ ਤੋਂ ਫਿਰੋਜ਼ਪੁਰ 'ਚ ਓਪਰੇਟ ਕਰ ਰਿਹਾ ਸੀਗਾ। ਸਾਨੂੰ ਖਬਰ ਮਿਲੀ ਸੀ ਕਿ ਕੁਝ ਬੰਦੇ ਬਾਈਕ ਵੇਚ ਰਹੇ ਨੇ, ਪਰ ਇਸ ਇਨਪੁੱਟ 'ਚ ਕੰਮ ਕਰਦੇ ਕਰਦੇ ਸਾਡੀ ਸਿਟੀ ਦੀ ਟੀਮ ਨੇ SP ਇਨਵੈਸਟੀਗੇਸ਼ਨ ਰਣਧੀਰ, ਡੈਪਟੀ SP ਸਿਟੀ ਸੁਖਵਿੰਦਰ ਜੀ ਅਤੇ ਡੈਪਟੀ SP ਡੀ ਬਲਕਾਰ ਜੀ ਕੇ ਅੰਦਰ ਕਾਫੀ ਅੱਛੀ ਮਿਹਨਤ ਕੀਤੀ ਔਰ ਸਾਰੀ ਰਿਕਵਰੀ ਕਰ ਲਏ ਗਏ। ਇਸਮੇ 2 ਦੋਸ਼ੀ ਵੀ ਗ੍ਰਿਫਤਾਰ ਕੀਤੇ ਗਏ ਹੈ। ਜਿਹੜਾ ਪਹਿਲਾ ਦੋਸ਼ੀ ਹੈ ਗੁਰਦੀਪ ਸਿੰਘ, ਉਸਦੇ ਉੱਪਰ ਵੀ ਪੁਰਾਣਾ ਇੱਕ ਪਰਚਾ ਹੈ। ਜਿਹੜਾ ਦੂਸਰਾ ਦੋਸ਼ੀ ਹੈ ਉਸਦੇ ਉੱਪਰ ਪੁਰਾਣਾ ਕੋਈ ਪਰਚਾ ਨਹੀਂ ਹੈ। ਇਹ ਕਿੱਥੋਂ ਦੇ ਰਹਿਣ ਵਾਲੇ ਹੈਗੇ ਮੈਮ? ਇਹ ਦੋਨੋਂ ਹੀ ਫਿਰੋਜ਼ਪੁਰ ਦੇ ਰਹਿਣ ਵਾਲੇ ਹੈਗੇ ਅਤੇ ਇਹਨਾਂ ਦਾ ਇੱਕ ਗੈਂਗ ਮੈਂਬਰ ਹੁਣੇ ਸਾਨੂੰ ਪਤਾ ਚੱਲਿਆ ਹੈ, ਉਹ ਤਰਨ ਤਾਰਨ ਦਾ ਹੈਗਾ। ਉਹਦੇ ਉੱਪਰ ਵੀ ਅਸੀਂ ਵਰਕਆਊਟ ਕਰ ਰਹੇ ਹਾਂ। ਕਿਸ ਤਰ੍ਹਾਂ ਤਿਆਰ ਕਰਦੇ ਜਿਹੜੀਆਂ RC ਸਭ ਕੁਝ? ਜਿਵੇਂ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਜਿਹੜੀ RC ਹੈਗੀ ਗਾੜੀਆਂ ਦੀ, ਇਹ ਜੋ ਵੀ ਜਾਲੀ RC ਬਣਾਉਂਦੇ ਸੀਗੇ ਉਸਦੇ, ਕਭੀ ਮੈਂ ਆਪ ਨੂੰ ਦਿਖਾ ਵੀ ਦਿੰਦੀ ਹਾਂ, ਕਭੀ ਹੋਲੋਗ੍ਰਾਮ ਮੈਨੂਪੁਲੇਟ ਕਰਕੇ, ਕਭੀ ਕੁਛ ਕੁਛ ਕਰਕੇ, ਨੰਬਰ ਬਲਰਡ ਕਰਕੇ, ਉਹ ਕਰਕੇ ਇਹਨੂੰ ਅੱਗੇ ਵੇਚ ਦਿੰਦੇ ਸੀਗੇ। ਤੇ ਇਹ ਸਾਰਾ ਇਹਨਾਂ ਦੇ ਕੀ ਇੰਸਟਰੂਮੈਂਟ ਹੈ, ਕਿਆ ਸਭ ਹੈ, ਉਹ ਸਾਰਾ ਕੁਝ ਅਸੀਂ ਵਰਕਆਊਟ ਕਰ ਰਹੇ ਹਾਂ। ਇਹ RC ਬਣਾਉਣ ਦੇ ਵਿੱਚ ਕੋਈ ਸਰਕਾਰੀ ਮੁਲਾਜ਼ਮ ਨਹੀਂ ਹੈ, RT ਦਫ਼ਤਰ ਦੇ ਕੋਈ ਮੁਲਾਜ਼ਮ ਵੀ ਇਨਵੋਲਵ ਹੈ? ਨਹੀਂ, ਹੁਣ ਤੱਕ ਇਦਾਂ ਦਾ ਕੁਝ ਸਾਹਮਣੇ ਨਹੀਂ ਆਇਆ ਹੈ। ਕਿਸੇ ਵੀ ਸਰਕਾਰੀ ਮੁਲਾਜ਼ਮ ਕੀ ਸ਼ਮੂਲੀਅਤ ਮੁੱਢਲੀ ਤਫਤੀਸ਼ 'ਚ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਅੱਗੇ ਜਿਵੇਂ ਜਿਵੇਂ ਤਫਤੀਸ਼ ਅੱਗੇ ਵਧਦੀ ਰਹੇਗੀ ਅਸੀਂ ਤੁਹਾਨੂੰ ਦੱਸਾਂਗੇ। ਮੈਮ, ਇਹਨਾਂ ਕੋ ਕਿੰਨੇ ਫੜੇ ਗਏ ਆ ਆਟੋ? ਇਹ ਕਿੱਥੋਂ ਲੈ ਕੇ ਆਉਂਦੇ ਸੀ? ਪੰਜਾਬ ਦੀ ਕਿਹੜੀ ਕਿਹੜੀ ਜਗ੍ਹਾ ਤੋਂ ਇਹਨਾਂ ਨੇ ਚੋਰੀ ਕੀਤੇ ਸੀਗੇ? ਟੋਟਲ 12 ਥ੍ਰੀ ਵੀਲਰ ਅਤੇ 6 ਮੋਟਰਸਾਈਕਲ ਬਰਾਮਦ ਹੋ ਚੁੱਕੀ ਹੈ। ਇਹ ਜਲੰਧਰ ਅਤੇ ਬਠਿੰਡਾ ਏਰੀਆ ਤੋਂ ਬਾਈਕ ਚੋਰੀ ਕਰਦੇ ਸੀਗੇ ਔਰ ਯਹਾਂ ਲਾ ਕੇ ਫਿਰੋਜ਼ਪੁਰ ਦੇ ਵਿੱਚ ਵੇਚਦੇ ਸੀਗੇ ਆਫਟਰ ਮੈਨੂਪੁਲੇਸ਼ਨ ਆਫ ਦੇਅਰ ਨੰਬਰਸ ਐਂਡ ਮੈਨੂਪੁਲੇਸ਼ਨ ਆਫ RC ਐਂਡ ਅਦਰ ਡਾਕੂਮੈਂਟਸ। ਇਹ ਆਟੋ ਵੀ ਉੱਥੋਂ ਹੀ ਜਲੰਧਰ ਤੋਂ ਔਰ ਬਠਿੰਡਾ 'ਚੋਂ? ਹਾਂਜੀ, ਇਹ ਵਹੀਂ ਦੀ ਹੁਣ ਤੱਕ ਦੀ ਮੁੱਦੀ ਤਫਤੀਸ਼ 'ਚ ਇਹੀ ਸਾਹਮਣੇ ਆਇਆ ਹੈ ਕਿ ਵਹੀਂ ਕੇ ਆਟੋ ਚਾਲਕੋ ਕੀ ਇਹ ਗਾੜੀਆਂ ਚੁਰਾਉਂਦੇ ਸੀਗੇ ਔਰ ਯਹਾਂ ਆ ਕੇ ਵੇਚ ਦਿੰਦੇ ਸੀ। ਇਹ ਮੈਮ ਖੁਦ ਵੀ ਇਹਦਾ ਹੀ ਇਸਤੇਮਾਲ ਕਰਦੇ ਸੀ ਚੋਰੀ ਦੇ? ਜੀ, ਸਾਨੂੰ ਇਹੀ ਪਤਾ ਚੱਲਾ ਹੈ ਕਿ ਇਹ ਦੋਨੋਂ ਵੀ ਆਟੋ ਚਾਲਕ ਹੈ ਅਤੇ ਜਿਹੜੀ ਗਾੜੀ ਦੀ ਵਰਤੋਂ ਇਹ ਕਰ ਰਹੇ ਸੀਗੇ ਉਹ ਵੀ ਚੋਰੀ ਦੀ ਹੀ ਹੈਗੀ। ਮੈਮ, ਇਹ ਇੱਥੇ ਲਿਆ ਕੇ ਕਿਵੇਂ ਵੇਚਦੇ ਹੈਗੇ ਸੀਗੇ? ਜਦੋਂ ਆਟੋ ਚੋਰੀ ਕਰਦੇ ਸੀਗੇ ਕਿਵੇਂ ਲਿਆ ਕੇ ਇੱਥੇ ਵੇਚਦੇ ਸੀਗੇ? ਕਿਹਨਾਂ ਨੂੰ ਵੇਚਦੇ ਸੀ? ਇਹ ਫਿਰੋਜ਼ਪੁਰ ਇਹ ਆ ਕੇ ਸਭ ਤੋਂ ਪਹਿਲੇ ਇਹਨਾਂ ਦਾ MO ਇਸ ਪ੍ਰਕਾਰ ਸੀਗਾ ਕਿ ਇਹ ਨੰਬਰ 1 ਤੋਂ ਉਸਦੇ ਗਾੜੀ ਦਾ ਨੰਬਰ ਪਲੇਟ, ਇੰਜਨ ਨੰਬਰ ਅਤੇ ਚੇਚੀ ਨੰਬਰ ਬਦਲ ਦਿੰਦੇ ਸੀਗੇ। ਉਸ ਤੋਂ ਇਲਾਵਾ ਜਾਲੀ ਡਾਕੂਮੈਂਟ ਅਤੇ ਜਾਲੀ RC ਵਗੈਰਾ ਤਿਆਰ ਕਰਦੇ ਸੀਗੇ। ਜਿਹੜੇ ਵੀ ਆਟੋ ਚਾਲਕ ਹੈ ਫਿਰੋਜ਼ਪੁਰ ਦੇ ਅੰਦਰ ਜਾਂ ਜਿਹੜੇ ਵੀ ਇੱਦਾਂ ਦੇ ਗਰੀਬ ਬੰਦੇ ਹੈਗੇ ਜਿਹਨੂੰ ਉਹ ਜ਼ਰੂਰਤ ਸੀਗੀ, ਉਹਨਾਂ ਨੂੰ ਇਹ ਵੇਚਦੇ ਸੀਗੇ। ਇਹ ਖੁਦ ਪ੍ਰਟੈਂਡ ਕਰਦੇ ਸੀਗੇ ਕਿ ਇਹ ਵੀ ਆਟੋ ਚਾਲਕ ਹੈ ਔਰ ਉਹਨਾਂ ਨੂੰ ਵੇਚਦੇ ਸੀਗੇ ਕਿ ਉਹਨਾਂ ਦੀ ਗਾੜੀ ਹੈਗੀ ਔਰ ਇਹ ਫਰਦਰ ਇਸੇ ਤਰ੍ਹਾਂ ਤੇ ਗੈਂਗ ਆਪਰੇਟ ਕਰਦਾ ਸੀਗਾ। ਮੈਮ, ਇਹ ਚੋਰੀ ਦੇ ਰੇਟ ਦੇ ਮੁਤਾਬਕ ਹੋਰ ਵੀ ਜੋ ਚਾਲਕ ਨੇ
नहीं बिल्कुल तुसी देख भी सकते हो साड़ी चेकिंग ऑलरेडी ऑलरेडी चल भी रही है। इसमें आरटीओ नु भी कहा गया है, उन्होंने भी रिक्वेस्ट की गई है कि जेड़ा भी इनके सारे डॉक्यूमेंट्स है उन्होंने पुख्ता करा दिया जाए। जेड़ी भी रिक्वायरमेंट है वो असी नॉर्मली चेक कर भी रहे हैं और आगे भी कर भी रहे हैं। तो होर भी काम कर रहे सी मैम, कितने समय तक काम कर रहे सी ते हुण तक कितने को ऑटो जमे बेच चुके सी? मुढ़ली तफ्तीश पे सामने आया है कि हुण तक पिछले 1.5 साल तो ये ऑपरेट कर रहे सीगे, 1.5 साल तो चोरी कर रहे सीगे, डॉक्यूमेंट्स तैयार कर रहे सीगे और अभी तक ये सारी की सारी जिन्नी रिकवरी है टोटल 18 व्हीकल्स की रिकवरी ये सारी चोरी दी हैगी। और हुण तक दी पड़ताल में यही सामने आया है कि ये सारी रिकवरी हो चुकी है, फिर भी असी आगे और भी इनपुट इकट्ठा कर रहे, यदि कुछ सामने आएगा तो असी उसके ऊपर भी कार्रवाई मिला। इन्हां तो होर भी खुलासे हो सकते हैं आने वाले समय? असी कोशिश पूरी कर रहे हैं जी, इन्हां दी असी रिमांड लेके जो भी पूछगिछ है वो आगे बढ़ाते जा रहे हैं, तफ्तीश होने शुरू हुई है, आगे असी वधिया काम करते रहेंगे जी। ठीक है, थैंक यू।